ਜਿੱਦਾਂ ਕਿ ਪਿਛਲੇ ਦਿਨ ਇੱਕ ਮੈਂ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ 'ਤੇ, ਜੋ ਕਿ ਉਸਨੇ ਫਿਲਮ ਬਣਾਈ ਸੀਗੀ ਬੂਹੇ ਬਾਰੀਆਂ, ਪਰ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦ ਤਾਂ ਕਰਵਾਇਆ ਪਰ ਉਸਦਾ ਧੌਣ ਦਾ ਸਰੀਆ ਵੀ ਕਢਵਾਇਆ, ਜੋ ਕਿ ਮਾਨਜੋ ਕੋਰਟ ਦੇ ਵਿੱਚ ਅਸੀਂ ਖੜੀ ਕੀਤਾ, ਜਿਹਦੇ ਵਿੱਚ ਸਾਡੇ ਮਨਜਿੰਦਰ ਵਕੀਲ ਜੀ, ਧਰੂਵ ਵਕੀਲ ਜੀ, ਜਿਨ੍ਹਾਂ ਨੇ ਕਿ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋਏ ਉਹਨੂੰ ਝੁਕਾਇਆ। ਅਤੇ ਸਾਡੀ ਮੰਗ ਸੀਗੀ ਜਿਸ ਟਾਈਮ 'ਤੇ ਮੈਂ ਪਰਚਾ ਕਰਵਾਉਣ ਡਈ ਸੀ ਉਸ ਟਾਈਮ 'ਤੇ ਵੀ ਮੇਰੀ ਇਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰਥ 'ਤੇ ਆਣ ਕੇ ਆਪਣਾ ਸਿਰ ਝੁਕਾਵੇ, ਆਪਣੀ ਸ਼ਮਾ ਜਾਗਤਾ ਮੰਗੇ ਕਿ ਮੈਂ ਇੱਕ ਧੀਆਂ ਵਾਸਤੇ ਗਲਤ ਬੋਲਿਆ ਸੀਗਾ। ਅਤੇ ਅੱਜ ਵੀ ਅਗਰ ਆਣ ਕੇ ਪਾਵਨ ਵਾਲਮੀਕੀ ਤੀਰਥ 'ਤੇ ਆਪਣਾ ਸਿਰ ਝੁਕਾਉਂਦੀ ਆ, ਅਤੇ ਇੱਕ ਲੇਡੀ ਆ, ਬਾਬਾ ਸਾਹਿਬ ਨੇ ਉਸਨੂੰ ਵੀ ਅਧਿਕਾਰ ਦਿੱਤਾ ਆ, ਬਰਾਬਰ ਦਾ ਅਧਿਕਾਰ ਆ, ਮੈਂ ਨਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ, ਕਿਉਂਕਿ ਬਾਬਾ ਸਾਹਿਬ ਨੇ ਸੰਵਿਧਾਨ ਸਾਰਿਆਂ ਲਈ ਇੱਕ ਬਰਾਬਰ ਲਈ ਲਿਖਿਆ, ਨਾ ਕਿਸੇ ਲਈ ਜਾਤ ਪਾਤ। ਉਹ ਵੀ ਸਾਡੀ ਹੀ ਭੈਣ ਆ, ਉਹਨਾਂ ਨੇ ਇਹ ਚੀਜ਼ ਨੂੰ, ਗਲਤੀ ਨੂੰ ਰਿਲੀਜ਼ ਕੀਤਾ ਹੈ, ਅਤੇ ਜੋ ਕਿ ਕਹਿੰਦੇ ਆ ਕਿ ਅਸੀਂ ਪਾਵਨ ਵਾਲਮੀਕੀ ਤੀਰਥ 'ਤੇ ਜਾ ਕੇ ਮੱਥਾ ਟੇਕਾਂਗੇ, ਡਾਇਰੈਕਟਰ ਪ੍ਰੋਡਿਊਸਰ ਮੱਥਾ ਟੇਕ ਆਏ ਨੇ, ਨੀਰੂ ਬਾਜਵਾ ਨੂੰ ਵੀ ਅਸੀਂ ਮੱਥਾ ਟਿਕਾ ਕੇ ਹੀ ਉਹਨਾਂ ਨੂੰ ਸ਼ਮਾਂ ਦੇ ਲੈ ਕੇ ਆਵਾਂਗੇ। ਅੱਗੇ ਇਹੀ ਸੰਤ ਸਮਾਜ ਅੱਗੇ ਵੀ ਅਪੀਲ ਆ, ਅਤੇ ਜਿਹੜੇ ਫਿਲਮ ਬਣਾਉਂਦੇ ਉਹਨਾਂ ਨੂੰ ਵੀ ਚੇਤਾਵਨੀ ਆ ਕਿ ਮੂਲ ਨਿਵਾਸੀ ਸਮਾਜ ਦੀਆਂ ਧੀਆਂ 'ਤੇ ਟਿੱਪਣੀ ਨਾ ਹੋਵੇ, ਨਹੀਂ ਤਾਂ ਫਿਰ ਜੋ ਸੰਵਿਧਾਨ ਦੇ ਵਿੱਚ ਲਿਖਿਆ ਉਹਨਾਂ ਨੂੰ ਅਸੀਂ ਇੱਦਾਂ ਹੀ ਸਜ਼ਾ ਦਵਾਉਂਦੇ ਰਹਾਂਗੇ। ਜਿੱਦਾਂ ਕਿ ਨੀਰੂ ਦੇ ਵਿੱਚ ਗਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਕੋਈ ਗਿੱਲਾ ਸੀਗਾ ਜੋ ਕੋਈ ਨਿਕਲ ਆਇਆ, ਜੋ ਕਿ ਸਾਡੇ ਭਰਾਵਾਂ ਨੇ, ਵਕੀਲ ਸਰ ਨੇ ਸਾਡਾ ਸਾਥ ਦਿੱਤਾ, ਉਹਨੂੰ ਅੱਜ ਮਜਬੂਰ ਕੀਤਾ, ਇੰਨਾ ਕਹਿੰਦੀ ਹੋਈ ਆਪਣੇ ਸਮਾਜ ਅੱਗੋਂ ਵੀ ਧੰਨਵਾਦ ਕਰਦੀ ਹਾਂ। ਸਾਡੇ ਜੋ ਸੰਤ ਸਮਾਜ ਨੇ ਸਾਡਾ ਸਾਥ ਦਿੱਤਾ, ਤੋ ਜੋ ਵੱਖ ਵੱਖ ਸੰਸਥਾਵਾਂ ਨੇ ਸਾਥ ਦਿੱਤਾ, ਅਤੇ ਸਤਿਗੁਰੂ ਮਲਕੀਨਾਥ ਜੀ ਨੇ ਜਿਨ੍ਹਾਂ 'ਤੇ ਸਾਡਾ ਜ਼ਿਆਦਾ ਸਿਰ 'ਤੇ ਹੱਥ ਸੀਗਾ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਸ ਬੱਚੀ ਨੂੰ ਅੱਜ ਮੈਦਾਨ ਦੇ ਵਿੱਚ ਖੜਿਆ ਕੀਤਾ, ਕਿ ਇੱਕ ਭੈਣ ਨੂੰ ਝੁਕਾਉਣ 'ਤੇ ਮਜਬੂਰ ਕਰ ਦਿੱਤਾ। ਇੰਨਾ ਕਹਿੰਦੀ ਹੋਈ ਜੈ ਭੀਮ, ਜੈ ਸੰਵਿਧਾਨ, ਜੈ ਵਾਲਮੀਕੀ। ਦੇਖੋ ਜੀ, ਇੱਕ ਸਾਰੇ ਹੀ ਮੀਡੀਆ ਕਰਮੀਆਂ ਨੂੰ ਅਤੇ ਸਮਾਜ ਨੂੰ ਪਤਾ ਹੈ ਕਿ ਇੱਕ ਫਿਲਮ ਬੂਹੇ ਬਾਰੀਆਂ ਆਈ ਸੀ, ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮਹਿਲਾ ਪੰਜਾਬ ਪ੍ਰਧਾਨ ਨੇ ਅਤੇ ਜਿੰਨੇ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭੰਡਾਰੀ ਪੁਲ ਦੇ ਉੱਪਰ ਜਿਹੜੀ ਇੱਕ ਭੁੱਖ ਹੜਤਾਲ ਰੱਖੀ ਗਈ ਸੀ, ਅਤੇ ਜਿਹਦੇ ਵਿੱਚ ਬੂਹੇ ਬਾਰੀਆਂ 'ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ, ਅਤੇ ਜਿਹਦੀ ਇੱਕ ਹਾਈਕੋਰਟ 'ਚ ਵੀ ਕੁਐਸ਼ਨ ਪਾਈ ਗਈ ਸੀ ਆਪਣਾ ਫਿਲਮ ਵਾਲਿਆਂ ਵੱਲੋਂ, ਪਰ ਉੱਥੇ ਆਪਾਂ ਕੁਐਸ਼ਨ ਜਿਹੜੀ ਨਹੀਂ ਹੋਣ ਦਿੱਤੀ, ਜਿਹੜਾ ਕਿ ਜਿੰਨੀ ਵੀ ਕਾਸਟ ਟੀਮ ਸੀ ਉਹਨਾਂ ਨੂੰ ਮਜਬੂਰ, ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ, ਕਿਉਂਕਿ ਨਾ ਮੈਂ ਉੱਪਰ ਹਾਂ, ਸਭ ਤੋਂ ਉੱਪਰ ਸੰਵਿਧਾਨ ਹੈ। ਸੰਵਿਧਾਨ ਦੇ ਅਕੋਰਡਿੰਗ ਅੱਜ ਐਡੀ ਵੱਡੀ ਅਦਾਕਾਰਾਂ ਨੂੰ, ਡਾਇਰੈਕਟਰ ਨੂੰ, ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਬਕਾਇਦਾ, ਪਰ ਜਿਹੜੇ ਕੋਈ ਅਫਵਾਹਾਂ ਵੀ ਉਡਾਉਂਦੇ ਸੀ ਕਿ ਇਸ ਤਰ੍ਹਾਂ ਕਰ ਲਿਆ ਜੀ, ਉਸ ਤਰ੍ਹਾਂ ਕਰ ਲਿਆ, ਪਰ ਕੋਈ ਵੀ ਇੱਦਾਂ ਨਹੀਂ। ਸਿੱਧੀ ਸਾਫ਼ 'ਤੇ ਦੋ ਟੁਕਾਂ ਵਿੱਚ ਮੈਂ ਗੱਲ ਕਰਾਂਗਾ, ਜਿਹੜੀ ਸਾਡੀ ਮੰਗ ਸੀ ਪਹਿਲ ਦੇ ਆਧਾਰ 'ਤੇ ਵੀ, ਜਿਹੜੀ 19 ਤਰੀਕ ਦੀ ਬਾਂਦੀ ਕਾਲ ਵਾਪਸ ਵੀ ਲਿੱਤੀ ਗਈ ਸੀ, ਉਹ ਜਿਹੜੀ ਬਾਂਦੀ ਕਾਲ ਵਾਪਸ ਇਸ ਕਰਕੇ ਵੀ ਲਿੱਤੀ ਗਈ ਸੀ ਕਿ ਹਾਈਕੋਰਟ ਦੇ ਵਿੱਚ ਮੁਕੱਦਮਾ ਜਿਹੜਾ ਪੈਂਡਿੰਗ ਸੀ, ਅਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਸਟੇਟਸ ਰਿਪੋਰਟ ਜਿਹੜੀ ਦਾਇਰ ਕੀਤੀ ਗਈ ਸੀ ਸਾਡੇ ਧਰੁਵ ਜੇਟਲੀ ਵੱਲੋਂ, ਮਨਜਿੰਦਰ ਜੀ ਐਡਵੋਕੇਟ ਸਾਡੇ, ਇਹਨਾਂ ਨੇ ਸਾਰਾ ਡੀਲ ਕੀਤਾ। ਹਾਈਕੋਰਟ ਦੇ ਵਿੱਚ ਵੀ ਇਹਨਾਂ ਨੇ, ਧਰੁਵ ਜੀ ਨੇ ਵੀ ਬੜੀ ਹੈਲਪ ਕੀਤੀ ਸਾਡੇ ਇਸ ਕੇਸ ਦੇ ਵਿੱਚ, ਅਤੇ ਬਕਾਇਦਾ ਜਿਹੜੀ ਅੱਜ ਤਰੀਕ ਸੀ ਇੱਥੇ, ਅਤੇ ਫਿਰ ਜਿਹੜੀ ਮੰਗ ਤਾਂ ਮੈਂ ਦੁਬਾਰਾ ਦੱਸ ਦਿੰਦਾ ਕਿ ਪਾਵਨ ਵਾਲਮੀਕੀ ਤੀਰਥ ਜੀ, ਜਿਹਦਾ ਵੀ ਕਿਸੇ ਦਾ ਧੌਣ ਦਾ ਕਿੱਲਾ ਹੋਏਗਾ ਉਹ ਮੂਲ ਨਿਵਾਸੀ ਸਮਾਜ ਕੱਢੇਗਾ। ਇਹ ਕਹਿੰਦੇ ਸੀ ਕਿ ਇੱਥੇ ਨਹੀਂ ਆਉਣਾ, ਇੱਥੇ ਅੱਜ ਅਸੀਂ ਇੱਥੇ ਵੀ ਇਹਨਾਂ ਨੂੰ ਮਜਬੂਰ ਕਰਤਾ, ਅਤੇ ਰਾਈਟਰ ਅਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੁੱਲ ਆ ਉਹ ਮੰਨੀ ਆ, ਅਤੇ ਅੱਜ ਪਾਵਨ ਵਾਲਮੀਕੀ ਤੀਰਥ 'ਤੇ ਜਾ ਕੇ ਨਤਮਸਤਕ ਵੀ ਹੋਏ ਨੇ, ਅਤੇ ਜਿਹੜੀ ਸ਼ਮਾ ਯਾਚਨਾ ਧੂਣਾ ਸਾਹਿਬ ਟਰੱਸਟ 'ਤੇ ਵੀ ਜਾ ਕੇ ਕੀਤੀ ਆ, ਅਤੇ ਗੁਰੂ ਗਿਆਨਾਥ ਆਸ਼ਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਚਨਾ ਕੀਤੀ, ਉੱਥੇ ਮੱਥਾ ਟੇਕਿਆ ਆ। ਦੇਖੋ
ਜੇ ਕਿਸੇ ਨੇ ਭੁੱਲ ਮੰਨ ਲਈ ਆ ਤਾਂ ਅਸੀਂ ਪਹਿਲੀ ਮੰਗ ਸਾਡੀ ਬਿਲਕੁਲ ਜਾਇਜ਼ ਸੀ ਕਿ ਪਾਵਨ ਵਾਲਮੀਕੀ ਤੀਰਥ 'ਤੇ ਮੰਗੇ, ਕਿਉਂਕਿ ਮੂਲ ਨਿਵਾਸੀ ਸਮਾਜ ਦੀ ਧੀਆਂ ਬਾਰੇ ਗਲਤ ਬੋਲਿਆ ਗਿਆ ਸੀ, ਠੀਕ ਹੈ ਜੀ। ਪਰ ਇਹਨਾਂ ਨੇ ਇੱਕ ਵੀਡੀਓ ਰਾਹੀਂ ਜਿਹੜੀ ਮਾਫ਼ੀ ਮੰਗੀ ਸੀ ਉਹ ਸਾਨੂੰ ਮਨਜ਼ੂਰ ਨਹੀਂ ਸੀ, ਕਿਉਂਕਿ ਦੇਖੋ ਜਿੱਥੇ ਮੱਕਾ ਆ ਸਾਡਾ ਗੁਰੂ ਘਰ ਆ ਉੱਥੇ ਆ ਕੇ ਨਤਮਸਤਕ ਹੁੰਦੇ, ਅੱਜ ਇਹ ਨਤਮਸਤਕ ਹੋਏ ਨੇ ਅਤੇ ਅਸੀਂ ਉੱਪਰ ਵੀ ਇਹੀ ਕਿਹਾ ਆ। ਅਤੇ ਹੁਣ ਮੀਡੀਆ ਕਰਮੀ ਕਿ ਨੀਰੂ ਬਾਜਵਾ ਮੈਡਮ ਰਹਿ ਗਏ ਨੇ ਉੱਥੇ ਨਤਮਸਤਕ ਹੋਣ ਵਾਲੇ, ਕਿਉਂਕਿ ਰਾਈਟਰ ਜਿਹਨੇ ਲਿਖੀ ਫਿਲਮ ਜੀ ਅਤੇ ਜਿਹਨੇ ਡਾਇਰੈਕਟ ਕੀਤੀ ਉਹ ਦੋਨੇ ਉੱਥੇ ਮਾਫ਼ੀ ਮੰਗ ਕੇ ਆਏ ਨੇ, ਦੋਨੇ ਨਤਮਸਤਕ ਹੋ ਕੇ ਆਏ ਨੇ। ਅਤੇ ਸਾਡੀ ਮੰਗ ਇਹ ਵੀ ਆ ਪ੍ਰਸ਼ਾਸਨ ਦੇ ਅੱਗੇ ਵੀ ਕਿ ਨੀਰੂ ਮੈਡਮ ਅੱਗੇ ਵੀ ਕਿ ਉੱਥੇ ਜਾ ਕੇ ਤੁਸੀਂ ਵੀ ਮੱਥਾ ਟੇਕੋ। ਦੇਖੋ ਗੁਰੂ ਘਰ ਸਾਰਿਆਂ ਦੇ ਸਾਂਝੇ ਆ, ਇਹ ਨਹੀਂ ਕਿ ਚਾਹੇ ਇੱਕ ਇੱਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਗੁਰਦੁਆਰਾ ਸਾਹਿਬ ਵੀ ਬਣੇ ਆ, ਇਹ ਨਹੀਂ ਹੋਣਾ ਚਾਹੀਦਾ। ਗੁਰੂ ਘਰ ਸਾਂਝਾ ਆ, ਉੱਥੇ ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਜਾ ਸਕਦੇ ਨੇ। ਉਹ ਨਹੀਂ ਜਾਂਦੇ ਤੁਸੀਂ ਉਹਨਾਂ ਨੂੰ ਅੱਗੋ? ਦੇਖੋ ਜੀ ਮੈਂ ਸਿਰ ਇਹੀ ਕਹਿ ਰਿਹਾ ਕਿ ਰਾਈਟਰ ਅਤੇ ਡਾਇਰੈਕਟਰ ਸਾਹਿਬ ਜਿਹਨਾਂ ਨੇ ਲਿਖੀ, ਜਿਹਦੀ ਮੇਨ ਗਲਤੀ ਸੀ ਰਾਈਟਰ ਦੀ, ਕਿਉਂਕਿ ਰੋਲ ਤਾਂ ਵੇਖੋ ਉਹਦੇ ਵਿੱਚ ਕਈਆਂ ਨੇ ਕੀਤੇ ਆ, ਇਹਦੇ ਵਿੱਚ ਨੀਰੂ ਮੈਡਮ ਨੇ ਵੀ ਇੱਕ ਰੋਲ ਅਦਾ ਕੀਤਾ ਸੀ। ਰਾਈਡਰ ਜਿਹਨੇ ਰਾਈਡ ਕੀਤੀ ਆ ਉਹ ਵੀ ਆਪਣੇ ਉੱਥੇ ਪਾਵਨ ਵਾਲਮੀਕੀ ਤੀਰਥ ਪਹੁੰਚ ਕੇ ਉਹਨੇ ਸ਼ਮਾ ਯਾਚਨਾ ਕੀਤੀ ਅਤੇ ਡਾਇਰੈਕਟਰ ਸਾਹਿਬ ਨੇ ਵੀ ਕਰਤੀ। ਸੈਟਿਸਫਾਈ ਸਰ, ਨੀਰੂ ਬਾਈ ਮੈਡਮ ਵੀ ਜਾਣਗੇ ਆਪਾਂ ਕਦਮ ਹੋਏਗਾ ਜਾਂ ਫਿਰ ਆਪਾਂ? ਬਿਲਕੁਲ ਬਿਲਕੁਲ ਸਰ, ਦੇਖੋ ਜੇ ਉਹਨਾਂ ਨੇ ਮੰਨਿਆ ਆ ਕਿ ਮੈਂ ਜਾਵਾਂਗੀ ਅਤੇ ਸ਼੍ਰੀ ਦਰਬਾਰ ਸਾਹਿਬ ਵੀ ਸ਼ਾਇਦ ਹੋ ਕੇ ਆਏ ਨੇ ਅਤੇ ਆਪਾਂ ਉਹਨਾਂ ਨੂੰ ਹੁਣ ਵੀ ਉੱਥੇ ਕਿਹਾ ਆ ਕਿ ਆਪਣਾ ਉੱਥੇ ਜਾ ਕੇ ਉੱਥੇ ਜ਼ਰੂਰ ਨਤਮਸਤਕ। ਹੁਣ ਕੀ ਰਾਜੀਨਾਮਾ ਤੁਹਾਡਾ ਉੱਪਰ ਹੋਇਆ ਕੋਰਟ ਸਰ? ਹਾਲੇ ਕੋਈ, ਮਤਲਬ ਕਿ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਤਰੀਕ ਸੀ, ਤਰੀਕ 'ਤੇ ਆਏ ਆ, ਅਸੀਂ ਆਪਣੀ ਮੰਗ ਰੱਖੀ ਹੈ ਕਿ ਇਹ ਪਾਵਨ ਵਾਲਮੀਕੀ ਤੀਰਥ 'ਤੇ ਜਾ ਕੇ ਨਤਮਸਤਕ ਹੋਣ, ਉੱਥੇ ਸ਼ਮਾ ਜਾ। ਅਤੇ ਮੈਂ ਉਹੀ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਕਿ ਰਾਈਟਰ ਅਤੇ ਡਾਇਰੈਕਟਰ ਸਾਹਿਬ ਹੋਏ ਨੇ, ਉਹਨਾਂ ਨੇ ਆਪਣੀ ਭੁੱਲ ਮੰਗੀ ਆ, ਜਿਹੜੀ ਸਮਾਜ ਦੀ ਮੰਗ ਸੀ, ਸਾਡੀ ਮੰਗ ਵੀ ਸੀ ਪਰ ਮੂਲ ਨਿਵਾਸੀ ਸਮਾਜ ਦੀ ਵੀ ਮੰਗ ਸੀ ਕਿ ਪਾਵਨ ਵਾਲਮੀਕੀ ਤੀਰਥ 'ਤੇ ਆਏ। ਇੱਕ FIR ਦਰਜ ਹੋਈ ਸੀ 20/9/2023 ਨੂੰ ਅਗੇਂਸਟ ਨੀਰੂ ਬਾਜਵਾ, ਉਹਦੇ ਪ੍ਰਤਾਪ ਸਿੰਘ ਅਤੇ ਨਾਲ ਦੀ ਨਾਲ ਜਗਦੀਪ ਵੜਿੰਗ ਦੇ ਉੱਪਰ, ਠੀਕ ਹੈ, ਜੋ ਕਿ ਬੂਹੇ ਬਾਰੀਆਂ ਦੇ ਪ੍ਰੋਡਿਊਸਰ, ਰਾਈਟਰ ਅਤੇ ਡਾਇਰੈਕਟਰ ਆ, ਠੀਕ ਹੈ। ਅਤੇ ਉਹ FIR ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ, ਅਤੇ ਹੁਣ ਉਸ FIR ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਆ, ਨਾਲ ਡਾਇਰੈਕਟਰ ਅਤੇ ਰਾਈਟਰ ਆਏ ਆ। ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਥ 'ਤੇ ਜਾ ਕੇ ਉਹ ਨਤਮਸਤਕ ਹੋਣ। ਡਾਇਰੈਕਟਰ ਅਤੇ ਰਾਈਟਰ ਉਹ ਨਤਮਸਤਕ ਹੋ ਚੁੱਕੇ ਆ, ਨੀਰੂ ਬਾਜਵਾ ਮੈਮ ਰਹਿੰਦੇ ਆ ਅਤੇ ਉਹ ਹੋਣਗੇ ਅਤੇ ਉਸ ਤੋਂ ਬਾਅਦ ਫੈਸਲਾ ਹੋਏ। ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਅਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ, ਅੱਜ ਨੋਰਮਲ ਤਰੀਕ ਜੀ ਜੀ, ਉਹ ਸੈਟਿਸਫਾਈ ਆ ਜੀ। ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਆ ਕਿ ਤੁਸੀਂ ਪੇਸ਼ ਹੋਵੋ, ਉੱਥੇ ਨਤਮਸਤਕ ਹੋਵੋ ਅਤੇ ਨਾਲ ਦੀ ਨਾਲ ਦੋਨੋਂ ਪਾਰਟੀਜ਼ ਸੈਟਿਸਫਾਈਡ ਆ। ਅਤੇ ਇੰਨਾ ਕੀ ਇਹ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ, ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ? ਨਹੀਂ ਸਰ, ਹਜੇ ਸ਼ਾਮੀ ਪਤਾ ਲੱਗੇਗਾ, ਤਰੀਕ ਅਗਲੀ ਤਰੀਕ।